ਪੰਜਾਬ ਬਹੁਤ ਬਹੁਤ ਹੀ ਮਾੜੀ ਹਾਲਾਤ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ। ਜਾਲੀਆਂ ਦੇ ਚੱਕੇ ਵੇ ਖਜ਼ਾਨੇ ਨੂੰ ਥੋੜ੍ਹਾ ਮੋਟਾ ਅਸੀਂ ਠੀਕ ਕਰਕੇ ਉਹਨੂੰ ਲੈ ਕੇ ਆ ਰਹੇ ਹਾਂ। ਥੋੜ੍ਹਾ ਮੋਟਾ ਭਾਰ ਲੋਕਾਂ 'ਤੇ ਪਾਉਣਾ ਪਿਆ ਹੈ, ਸਾਨੂੰ ਚੁੱਭਦਾ ਉਹ। ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਪਰ ਕੀਤੇ ਸ਼ਬਦੀ ਹਮਲਿਆਂ ਤੋਂ ਬਾਅਦ ਪੰਜਾਬ ਖਾਸ ਕਰ ਕਾਂਗਰਸ ਵਿਚਲੀ ਰਾਜਨੀਤੀ ਗਰਮਾ ਗਈ ਹੈ। ਹੁਣ ਕੈਪਟਨ ਦੀ ਪੁਰਾਣੀ ਵਿਰੋਧੀ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਪਟੇਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਲਾਹ ਦਿੱਤੀ ਹੈ। ਹੁਣ ਬਾਜਵਾ ਵੱਲੋਂ ਕੈਪਟਨ 'ਤੇ ਬੋਲੇ ਸ਼ਬਦੀ ਹਮਲਿਆਂ ਤੋਂ ਬਾਅਦ ਪਟੇਲ ਨੇ ਕਿਹਾ ਕਿ ਮੇਰੇ ਵੀ ਮਤਭੇਦ ਰਹੇ ਨੇ, ਪਰ ਮੈਂ ਆਪਣੀ ਗੱਲ ਪਾਰਟੀ ਹਾਈਕਮਾਨ ਕੋਲ ਰੱਖਦੀ ਸੀ। ਇਸ ਲਈ ਬਾਜਵਾ ਨੂੰ ਚਾਹੀਦਾ ਹੈ ਕਿ ਬਾਜਵਾ ਨੂੰ ਜੇਕਰ ਕੋਈ ਮੁਸ਼ਕਿਲ ਹੈ ਤਾਂ ਪਾਰਟੀ ਹਾਈਕਮਾਨ ਕੋਲ ਰੱਖ ਸਕਦੇ ਨੇ। ਇੱਕ ਚੀਜ਼ ਮੈਂ ਹਮੇਸ਼ਾ ਜ਼ਰੂਰ ਕਹਿੰਦੀ ਹਾਂ, ਡਿਫਰੈਂਸਸ ਮੇਰੇ ਵੀ ਰਹੇ ਨੇ, ਲੇਕਿਨ ਅਸੀਂ ਆਪਣੀ ਗੱਲ ਜਿਹੜੀ ਸੀ ਜਾ ਕੇ ਹਾਈਕਮਾਂਡ ਕੋਲ ਕਰਦੇ ਸੀ, ਜਾ ਕੇ ਜਾਂ ਆਪਣੇ ਇੱਥੇ ਲੀਡਰ ਕੋਲ ਕਰਦੇ ਸੀਗੇ। ਸਾਨੂੰ ਥੋੜ੍ਹੀ ਜਿਹੀ ਗਰੇਜ਼ ਕਰਨੀ ਚਾਹੀਦੀ ਹੈ। ਅੱਜ ਪੰਜਾਬ ਬਹੁਤ ਬਹੁਤ ਹੀ ਮਾੜੀ ਹਾਲਾਤ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ, ਔਰ ਬੜੀ ਮੁਸ਼ਕਲ ਦੇ ਨਾਲ, ਜਿਵੇਂ ਕਹਿੰਦੇ ਅਕਾਲੀਆਂ ਦੇ ਚੱਕੇ ਵੇ ਖਜ਼ਾਨੇ ਨੂੰ ਥੋੜ੍ਹਾ ਮੋਟਾ ਅਸੀਂ ਠੀਕ ਕਰਕੇ ਉਹਨੂੰ ਲੈ ਕੇ ਆ ਰਹੇ ਹਾਂ। ਥੋੜ੍ਹਾ ਮੋਟਾ ਭਾਰ ਲੋਕਾਂ 'ਤੇ ਪਾਉਣਾ ਪਿਆ ਹੈ, ਸਾਨੂੰ ਚੁੱਭਦਾ ਉਹ, ਅਜੇ ਵੀ ਚੁੱਭਦਾ ਸਾਨੂੰ, ਅਤੇ ਇਸ ਕਰਕੇ ਲੇਕਿਨ ਅਸੀਂ ਆਪਣੇ ਵਾਅਦੇ ਵੀ ਨਾਲ ਪੂਰੇ ਕਰ ਰਹੇ ਹਾਂ। ਅਤੇ ਅੱਜ ਲੋਕਾਂ ਦੀ ਇੱਕ ਜਿਵੇਂ ਕਹਿੰਦੇ ਮਾੜੀ ਜਿਹੀ ਉਮੀਦ ਲੋਕਾਂ ਨੂੰ ਕਾਂਗਰਸ ਉੱਤੋਂ ਹੈਗੀ ਹੈ। ਸਾਨੂੰ ਸਾਰੇ ਕਾਂਗਰਸਮੈਨ ਨੂੰ, ਅਸੀਂ ਸਾਰੇ ਭੈਣ ਭਰਾ ਹੈਗੇ ਹਾਂ, ਇਕੱਠੇ ਹੈਗੇ ਹਾਂ, ਸਾਨੂੰ ਇਕੱਠੇ ਹੋ ਕੇ ਜੇ ਕੋਈ ਸ਼ਿਕਵਾ ਸ਼ਿਕਾਇਤ ਅਸੀਂ ਬੈਠ ਕੇ ਆਪਸ ਵਿੱਚ ਕਰ ਲਈਏ। ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਇਹਨਾਂ ਦਿਨੀ ਕੈਪਟਨ 'ਤੇ ਜੰਮ ਕੇ ਵਾਰ ਰਹੇ ਨੇ ਅਤੇ ਵੱਖ ਵੱਖ ਮੁੱਦਿਆਂ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਹੇ ਨੇ। ਬਾਜਵਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਕੈਪਟਨ ਮੇਰੇ ਨਾਲ ਖੁੱਲ੍ਹੀ ਬਹਿਸ ਕਰ ਸਕਦੇ ਨੇ, ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।